जिथा जाए बई पला कई सतगुर सिख की करे प्रतपाल सेवक को गुर सदा दयाल सिख की गुर दुरमत मल हिरै गुर बचनी हर नाम उचरै सतगुर सिख के बंधन काटे गुर का सिख बेकार ते हाटे सतगुर सिख को नाम धन दे गुर का सिख वडभागी है सतगुर सिख का हलत पलत सवारे नानक सतगुर सिख को जी नाल समारे। तन पंचम पातशाह श्री गुरु अर्जन देव जी दे ए पावन मिठड़े बचन जो गुरु के प्यारे सिख अपनी नितनेम दियां बाणियां तो अलावा श्री सुखमनी साहब दी बाणी दा जाप करदे ने। सचे पातशाह जी ने श्री सुखमनी साहब की 18वीं अष्टपदी की अरंभता दे विच ए बचन करदिया गुरु पूरे दे पावन सुभा नूं दर्शाया। गुरु कैसा दयाल पुरख है, सतगुरु कैसे निम्रता दे पुंज ने, बख्शिशां दे सोमे रहमते हर गंज, जो सदा ही रहमतां दियां दातां वंडदे ने। कोई भावना नाल गुरु दे नेड़े आवे तां सही। सतगुरां दा सुभाव बड़ा निर्मल है। सचे पातशाह भावना वेखदे ने, वख वख धर्मां दे नां ते बिखरी होई मानवता नहीं वेखदे। जो सरण आवै तिस कंठ लावै, ए बिरद स्वामी संधा। सतगुरां दी सरण विच जे कोई गुरु का सिख साबत सूरत आ गया तां मुबारक, जे कोई हिंदू वीर सीस ते रुमाल बन के आ गया वो भी मुबारक, ते जे कोई खुदा पाक दे दर्शाए हुए मार्ग ते तुरन वाला पांच वक्त दा नमाजी आ गया वो भी मुबारक। कैसे विशाल हिरदे दे मालक ने मेरे सतगुरु। जो गुरु के बचन नूं मन्नदा है गुरु अपनी गलवक्कड़ी विच लैंदा है, अपने गले नाल लाउंदा है, अपने सिख की सदा प्रतपालना करता है। ऐसे बख्शिशां दे सोमे, ऐसे कृपा निधान जगत गुरु बाबे नानक दे दर्शाए हुए मार्ग ते तुरिए, जिन्हां ने सारी जिंदगी मानवता नूं एक परमात्मा दे चरणा नाल जोड़िया। जिहड़ी धरती ते भी सतगुरां दे पावन चरण पए ओ धरती निहाल होई, उथों दे वसनीक गुरु चरणा नाल जुड़े, परमेश्वर दे दर्शाए हुए मार्ग ते तुरन वाले हो गए। सचे पातशाह कृपा निध दीन दयाल पंजा साहब दी धरती तो कई पिंडां विचों होंदे हुए जेलम विखे पहुंचे। सतसंगीओ, इत्थे एक साधु जिहदा नां लक्ष्मण सी ते इतिहास विच बाल गुंदाई दे नां तों बड़ा मशहूर होया। बालपणे तो ही खुदा दी गोद दा निग मानन वाला
ਫਕੀਰੀ ਵੱਲ ਰੁਚੀ ਹੋਣ ਦੇ ਕਾਰਨ ਇਉਂ ਜਪਦਾ ਇਹਦਾ ਨਾਂ ਬਾਲ ਗੁੰਦਾਈ ਪੈ ਗਿਆ। ਉਸ ਨੇ ਜੇਲਮ ਦੇ ਇਲਾਕੇ ਵਿੱਚ ਬਹੁਤ ਵੱਡਾ ਡੇਰਾ ਬਣਾਇਆ ਹੋਇਆ ਸੀ। ਸੰਸਾਰ ਵੱਲੋਂ ਭੇਟਾ ਕੀਤੀ ਹੋਈ ਮਾਇਆ ਨੂੰ ਆਪਣੇ ਸੁੱਖਾਂ ਲਈ ਨਹੀਂ ਸੀ ਵਰਤਦਾ, ਲੋੜਵੰਦਾਂ ਦੀ ਮਦਦ ਕਰਦਾ ਸੀ। ਸੇਵਾ ਦਾ ਹੰਕਾਰ ਹੋ ਗਿਆ। ਬੇਨਤੀ ਕਰਾਂ, ਗਿਆਨ ਦਾ ਹੰਕਾਰ, ਸੇਵਾ ਦਾ ਹੰਕਾਰ, ਬਾਣੀ ਪੜ੍ਹਨ ਦਾ ਹੰਕਾਰ, ਚੇਲੇ ਅਤੇ ਚੋਲਿਆਂ ਦਾ ਮਾਣ, ਸਿੱਖ ਹੋਣ ਦਾ ਹੰਕਾਰ ਅੱਜ ਕੌਮ ਨੂੰ ਪਰਮੇਸ਼ਵਰ ਤੋਂ ਬਹੁਤ ਦੂਰ ਲੈ ਗਿਆ। ਕਈ ਵਾਰ ਇਹ ਬੇਨਤੀ ਕਰਦਾ ਹੁੰਦਾ, ਕਿਸੇ ਨੂੰ ਆਪਣੀ ਕਾਲੀ ਪੱਗ ਦਾ ਮਾਣ ਹੈ, ਕਿਸੇ ਨੂੰ ਨੀਲੀ, ਚਿੱਟੀ ਜਾਂ ਕੇਸਰੀ ਪੱਗ ਦਾ ਮਾਣ ਹੈ। ਹਰ ਇੱਕ ਵਿਦਵਾਨ ਆਪੋ ਆਪਣੀ ਜਥੇਬੰਦੀਆਂ ਟਕਸਾਲਾਂ ਵਿੱਚ ਖੱਚਤ ਹੋ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਕਿਸੇ ਨੂੰ ਚਿੰਤਾ ਨਹੀਂ। ਗੁਰੂ ਦੀ ਬਾਣੀ ਨੇ ਸਾਨੂੰ ਨਿਮਰ ਹੋਣਾ ਸਿਖਾਇਆ ਸੀ, ਪਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਅਸੀਂ ਹੰਕਾਰੀ ਹੋ ਗਏ, ਕਿਉਂਕਿ ਬਾਣੀ ਦੀ ਨਿਰਮਲ ਵਿਚਾਰਧਾਰਾ ਨੂੰ ਕਦੇ ਹਿਰਦੇ ਵਿੱਚ ਟਿਕਾਉਣ ਦਾ ਯਤਨ ਨਹੀਂ ਕੀਤਾ। ਸਤਿਗੁਰਾਂ ਨੇ ਉਸ ਦੀ ਪਕੜ ਛਡਾਉਣ ਲਈ ਉਸ ਦੇ ਡੇਰੇ ਦੇ ਬਾਹਰਲੇ ਅਸਥਾਨ 'ਤੇ ਜਾ ਟਿਕਾਣਾ ਕੀਤਾ। ਉਹਦੇ ਚੇਲਿਆਂ ਨੇ ਆ ਕੇ ਬਾਲ ਗੁੰਦਾਈ ਦੇ ਅਸਥਾਨ 'ਤੇ ਜਾਣ ਦੀ ਬੇਨਤੀ ਕੀਤੀ ਅਤੇ ਸੂਰਜ ਪ੍ਰਕਾਸ਼ ਦੇ ਅਨੁਸਾਰ ਬਾਬਾ ਜੀ ਨੇ ਫਰਮਾਇਆ, ਨਾ ਹਮ ਚੱਲ ਜਾਵੇਂ ਜੈ ਬੈਠੇ ਤੈ ਰਹਿਣ ਬਿਤਾਵੇਂ, ਚਾਹੀਏ ਨਿਤ ਅਤੀਤ ਕੋ ਐਸੀ ਆਏ ਜੋ ਬਣੇ ਬਿਤਾਵੇ ਤੈਸੀ। ਪੁਰਾਤਨ ਜਨਮ ਸਾਖੀ ਦੇ ਅਨੁਸਾਰ ਇਹ ਫਰਮਾਇਆ, ਜੇ ਹੀ ਆਵੇ ਤੇ ਹੀ ਗੁਜ਼ਾਰੇ। ਬਾਲ ਗੁਦਾਈ ਆਪ ਟੁਰ ਕੇ ਆਇਆ ਅਤੇ ਸਤਿਗੁਰਾਂ ਨੇ ਨਿਮਰਤਾ ਧਾਰਨ ਕਰਕੇ ਮਾਇਆ ਦੀ ਪਕੜ ਨੂੰ ਛੱਡਣ ਦਾ ਉਪਦੇਸ਼ ਦਿੱਤਾ ਅਤੇ ਫਰਮਾਇਆ ਨੇ, ਹਉਂ ਵਿੱਚ ਕੀਤੇ ਕਰਮ ਕੁਝ ਨਾ ਕੁਝ ਨਿਸ਼ਾਨ ਛੱਡ ਜਾਂਦੇ ਹਨ, ਜੋ ਸਮਾਂ ਪਾ ਕੇ ਪਹਾੜ ਬਣ ਕੇ ਤੰਗ ਕਰਦੇ ਹਨ। ਪਾਣੀ ਪੜਛੇ ਅਤੇ ਨਿਸਾਰ ਰਾਹੀਂ ਜਾਂਦਾ ਰਹਿੰਦਾ ਹੈ, ਪਰ ਬੂਰ ਸਿਵਾਲ ਫੇਰ ਵੀ ਲੱਗ ਜਾਂਦੀ ਹੈ। ਹਉਮੈ ਵਿੱਚ ਕਰਮ ਨਹੀਂ ਕਰਨਾ, ਨਿਮਰਤਾ ਵਿੱਚ ਰਹਿਣਾ। ਬਾਲ ਗੁੰਦਾਈ ਨੇ ਹੱਥ ਜੋੜ ਕੇ ਸਤਿਗੁਰਾਂ ਦਾ ਬਚਨ ਮੰਨਿਆ, ਸੱਚੇ ਪਾਤਸ਼ਾਹ ਦੀ ਖੁਸ਼ੀ ਦਾ ਪਾਤਰ ਬਣਿਆ। ਉਸ ਦੀ ਕੀਤੀ ਹੋਈ ਸੇਵਾ ਨੂੰ ਹੋਰ ਭਾਗ ਲੱਗੇ। ਪਰਮੇਸ਼ਵਰ ਦੀ ਨੇੜਤਾ ਨੂੰ ਅਨੁਭਵ ਕਰਦਿਆਂ ਬਾਲ ਗੁਦਾਈ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਜਿੰਦਾ ਹੋ ਗਿਆ। ਜਿੱਥੇ ਸਤਿਗੁਰੂ ਨੇ ਟਿਕਾਣਾ ਕੀਤਾ ਸੀ, ਉਸ ਅਸਥਾਨ 'ਤੇ ਜੇਲਮ ਦੀ ਧਰਤੀ 'ਤੇ ਯਾਦਗਾਰ ਮੌਜੂਦ ਹੈ। ਬਾਲ ਗੁੰਦਾਈ ਦੇ ਟਿੱਲੇ ਤੋਂ ਲਗਭਗ 7 ਕੁ ਮੀਲ ਦੀ ਵਿੱਥ 'ਤੇ ਰੋਹਤਾਸ ਨਗਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਬੈਠੇ ਸਨ, ਉੱਥੇ ਜਲ ਦਾ ਚਸ਼ਮਾ ਪ੍ਰਗਟ ਹੋਇਆ, ਜਿਸ ਨੂੰ ਚੋਹਾ ਗੁਰੂ ਨਾਨਕ ਸਾਹਿਬ ਕਹਿੰਦੇ ਹਨ। ਬੂਟੇ ਸ਼ਾਹ ਨੇ ਤਾਰੀਖ ਪੰਜਾਬ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਕਿਲ੍ਹਾ ਰੋਹਤਾਸ, ਜੋ ਪਹਾੜੀ ਦੀ ਇੱਕ ਚੋਟੀ 'ਤੇ ਹੈ, ਇਸ ਦੇ ਨਜ਼ਦੀਕ ਹੀ ਇੱਕ ਚਸ਼ਮਾ ਹੈ ਜੋ ਨਾਨਕ ਸ਼ਾਹ ਦੇ ਕਦਮਾਂ ਦੀ ਬਰਕਤ ਨਾਲ ਜਾਰੀ ਹੋਇਆ। ਇਹ ਬਚਨ ਇਤਿਹਾਸ ਵਿੱਚ ਕਲਮਬੱਧ ਨੇ
कि अज यमने कदम नानक शाह दर अंजा जारी शुदा। शेर शाह अफगान ने उस अस्थान नू चंगा समझ के उस चश्मे दे पास पत्थरां दा मजबूत किला बनवाया। ओ चश्मा किले दे लागे खुशक है ते किले तो बाहर जारी हो गया। शेर शाह ने कई वेरा उस चश्मे नू घेरे विच लियाउणा चाहिया पर चश्मा किले दे अंदर काबू नहीं रहिंदा ते किले दी दीवार तो बाहर वगण लग पैंदा है। शेर शाह मजबूर हो के हट गया। नाचार शेर शाह दस्त अजां बाज कशीद। सतगुरां दा प्रगट कीता ए पानी दा चश्मा किसे समय दी सरकार दा गुलाम नहीं। उस किले दियां दीवारां ते पहाड़ दे हेठां वगदा वो मिठे पानी दा चश्मा अज भी मौजूद है ते रोहतास आउण वाले लोग इत्थे समां गुजारदे हन। बाबे दे उपदेश दी ए सिफत है कि वो किसे घेरे विच बंद नहीं कीते जा सकदे। उन्हां दा उपदेश सारयां लई सांझा है ते सारे ही उस तों लाभ उठा सकते ने। दरिया जेलम नू गुरु नानक देव जी ने भेरे तो पार किया। इत्थे ही एक फकीर ने अपने आप नू शाह सुहागण दे नां तो प्रसिद्ध किया होया सी। उसने सुहागणा वाले बस्तर पहने हुए सन। गुरु नानक देव जी ने उस नू सच सुहागण दे लक्षण दर्शाए ते पखंडी जीवन तो वरजिया। जेलम दी धरती नू भाग लगे जदों कलगीधर पातशाह दे महल इतिहास दे अनुसार इसे जेलम दी धरती विखे पैदा होए। सतगुरु कलगीधर पातशाह का भी इस जेलम की धरती दे नाल बहुत डूंगा संबंध है। अज तो कुछ समा पहला पाकिस्तान की सरकार ने उस अस्थान के किवाड़ भी खोल दिते जो अस्थान गुरु के महलों की याद विच सुभायमान है। दास नूं वी माण है कि दास दे बजुर्ग वड्डे वडेरे भी जेलम दी धरती ते पैदा होए जो हिंदुस्तान दी वंड तो बाद देहरादून विखे आ के टिकाणा कीता। बजुर्ग पिछले समयां दे विच जिला जेलम दे तहसील चकवाल दे वसनीक सन। धन श्री गुरु नानक देव सतगुरु सच्चे पातशाह गुजरात जिले दे पिंड जय सुख विखे पुजे। उस नूं केर भाग दी वी कहिंदे हन। उत्थे ही सियालकोट दे हमजा गोंज वांगू एक तपस्वी जोगी राज तप करके इलाके नू गर्क करना चाहुंदा सी। गुरु साहब ने उस दी सारी करामात नू छलावा दस्या ते कहा कि उन्हां दे हाथ फड़िया सोटा तां गर्क करके विखा। जोगी ने बड़े यतन कीते पर निष्फल। आखिर गुरु जी दे चरनी ठठा। सतगुरां ने उस नूं सत नाम दा मंत्र दृढ़ करवाया। जोगी दे पोतरे
ਤੇ ਚੇਲੇ ਭਾਈ ਭਾਗ ਜੀ ਨੇ ਬਹੁਤ ਸੁੱਚਾ ਜੀਵਨ ਜੀਵਿਆ। ਸਮਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਆਇਆ ਤੇ ਇਸ ਪਿੰਡ ਦੇ ਨਾਂ, ਕਿਉਂਕਿ ਇੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸਨ, ਮਹਾਰਾਜਾ ਰਣਜੀਤ ਸਿੰਘ ਨੇ 2200 ਰੁਪਏ ਦੀ ਜਗੀਰ ਲਵਾ ਦਿੱਤੀ। ਸੱਚੇ ਪਾਤਸ਼ਾਹ ਦੇ ਜਿੱਥੇ ਜਿੱਥੇ ਵੀ ਚਰਨ ਪਏ, ਮਹਾਰਾਜਾ ਰਣਜੀਤ ਸਿੰਘ ਨੇ ਉਸੇ ਥਾਂ 'ਤੇ ਇਤਿਹਾਸ ਤਾਮੀਰ ਕਰਵਾਇਆ, ਗੁਰੂ ਘਰ ਬਣਵਾਏ, ਜਗੀਰਾਂ ਲਵਾਈਆਂ। ਇਹ ਸੀ ਸਮੇਂ ਦੇ ਮਹਾਰਾਜੇ ਦਾ ਗੁਰੂ ਘਰ ਦੇ ਪ੍ਰਤੀ ਨਿਸ਼ਚਾ। ਪਰ ਬਦਕਿਸਮਤੀ ਨਾਲ ਅਸੀਂ ਆਪਣੇ ਕੌਮ ਦੇ ਮਹਾਰਾਜੇ ਨੂੰ ਅੰਗਰੇਜ਼ਾਂ ਦੀਆਂ ਲਿਖਤਾਂ ਅਨੁਸਾਰ ਭਰੋਸਾ ਕਰਕੇ ਕੇਵਲ ਇੱਕ ਡਿੱਗੇ ਹੋਏ ਜੀਵਨ ਵਾਲਾ ਸਮਝਿਆ। ਸਤਸੰਗੀਓ, ਇਹ ਸਾਡੀ ਬਦਕਿਸਮਤੀ ਹੈ ਕਿ ਬਹੁਤਾ ਇਤਿਹਾਸ ਸਿੱਖਾਂ ਨੇ ਆਪਣੀ ਕਲਮ ਨਾਲ ਨਹੀਂ ਲਿਖਿਆ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਰਕਾਰਾਂ ਦੇ ਝੂਠ ਦੇ ਵਿਰੁੱਧ ਆਵਾਜ਼ਾਂ ਬੁਲੰਦ ਕਰਨ ਖਾਤਰ ਸਿੰਘਾਂ ਨੂੰ ਘੋੜਿਆਂ ਦੀਆਂ ਕਾਠੀਆਂ 'ਤੇ ਗੁਜ਼ਾਰਾ ਕਰਨਾ ਪੈਂਦਾ ਸੀ, ਜੰਗਲਾਂ ਬੇਲਿਆਂ ਵਿੱਚ ਲੁੱਕ ਕੇ ਰਹਿਣਾ ਪੈਂਦਾ ਸੀ, ਸਿੱਖ ਆਪਣਾ ਇਤਿਹਾਸ ਸੰਭਾਲ ਨਾ ਸਕੇ, ਲਿਖ ਨਾ ਸਕੇ। ਨਵਾਂ ਇਤਿਹਾਸ ਸਿਰਜਦੇ ਤਾਂ ਰਹੇ ਪਰ ਲਿਖਿਆ ਨਹੀਂ ਗਿਆ। ਖਾਲਸੇ ਦਾ ਬਹੁਤਾ ਇਤਿਹਾਸ ਮੁਗਲਾਂ ਨੇ, ਹਿੰਦੂਆਂ ਨੇ ਜਾਂ ਅੰਗਰੇਜ਼ਾਂ ਨੇ ਲਿਖਿਆ, ਅਤੇ ਲਿਖਣ ਦੀ ਕਸਵੱਟੀ 'ਤੇ ਇਹ ਸਾਰੇ ਹੀ ਖਰੇ ਨਹੀਂ ਉਤਰ ਸਕੇ। ਜਾਣ ਬੁੱਝ ਕੇ ਜਾਂ ਅਣਜਾਣ ਪੁਣੇ ਵਿੱਚ ਖਾਲਸੇ ਦੇ ਕਰੈਕਟਰ ਨੂੰ, ਸਿੱਖਾਂ ਦੇ ਜੀਵਨ ਨੂੰ ਇਹਨਾਂ ਨੇ ਗੰਧਲਾ ਕਰਨ ਦਾ ਯਤਨ ਕੀਤਾ। ਸਮੇਂ ਦਾ ਪ੍ਰਤਾਪੀ ਮਹਾਰਾਜਾ ਰਣਜੀਤ ਸਿੰਘ, ਜਿਸ ਦੇ ਸਮੇਂ ਨੂੰ ਮਾਣ ਨਾਲ ਖਾਲਸਾ ਰਾਜ ਕਿਹਾ ਜਾਂਦਾ ਹੈ, ਜਿਸ ਦੇ ਰਾਜ ਵਿੱਚ ਪ੍ਰਜਾ ਸੁੱਖ ਦਾ ਆਨੰਦ ਮਾਣ ਰਹੀ ਸੀ, ਕਿਸੇ ਵੀ ਧਰਮ ਨੂੰ ਖਤਰਾ ਨਹੀਂ ਸੀ, ਸਾਰੇ ਧਰਮਾਂ ਦਾ ਸਤਿਕਾਰ, ਸਾਰੇ ਧਰਮ ਗ੍ਰੰਥਾਂ ਦਾ ਸਤਿਕਾਰ, ਮਹਾਰਾਜੇ ਦੇ ਰਾਜ ਵਿੱਚ ਕਿਸੇ ਮੰਦਰ ਜਾਂ ਮਸੀਤ ਨੂੰ ਨਹੀਂ ਢਾਇਆ ਗਿਆ। ਅੰਗਰੇਜ਼ ਸਰਕਾਰਾਂ ਤੋਂ ਇਹ ਸੱਚ ਬਰਦਾਸ਼ਤ ਨਾ ਹੋਇਆ ਤੇ ਮਹਾਰਾਜੇ ਦੇ ਜੀਵਨ ਨੂੰ ਗੰਧਲਾ ਕਰਨ ਲਈ ਉਹਨਾਂ ਦੀ ਕਲਮ ਸਿੱਖਾਂ ਦੇ ਨਾਲ ਇਮਾਨਦਾਰੀ ਦਾ ਭਾਵ ਪ੍ਰਗਟ ਨਹੀਂ ਕਰ ਸਕੀ, ਅਤੇ ਸਿੱਖ ਵੀ ਐਸੇ ਬਦਕਿਸਮਤ ਨੇ ਅੰਗਰੇਜ਼ਾਂ ਦੀ ਲਿਖਤ 'ਤੇ ਭਰੋਸਾ ਕਰ ਲਿਆ ਪਰ ਖਾਲਸਾ ਰਾਜ 'ਤੇ ਅੱਜ ਦੇ ਸਿੱਖ ਨੂੰ ਭਰੋਸਾ ਨਹੀਂ। ਸਤਿਗੁਰੂ ਜਿੱਥੇ ਆਪਣੇ ਖਾਲਸੇ ਨੂੰ ਮਾਣ ਬਖਸ਼ਿਸ਼ ਕਰਦੇ ਨੇ, ਉੱਥੇ ਨਾਲ ਹੀ ਇੱਕ ਚੇਤਾਵਨੀ ਦਿੰਦੇ ਨੇ। ਬਾਬਾ ਜੀ ਫਰਮਾਉਂਦੇ ਨੇ, ਖਾਲਸਾ ਖਾਸ ਕਹਾਵੈ ਸੋਈ, ਜਾਂ ਕਿ ਹਿਰਦੇ ਭਰਮ ਨਾ ਹੋਈ, ਭਰਮ ਭੇਖ 'ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਸਤਿਗੁਰੂ ਜੀ ਬਾਰ ਬਾਰ ਇਹ ਗੱਲ ਸਮਝਾਉਂਦੇ ਨੇ, ਸੱਚੇ ਪਾਤਸ਼ਾਹ ਇਹ ਚੇਤਾਵਨੀ ਦਿੰਦੇ ਨੇ, ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਬਾਣੀ ਨੂੰ ਵਿਚਾਰੀਏ, ਜਬ ਲਗ
खालसा रहे न्यारा, तब लग तेज देव मैं सारा। जब ये गहे विपरन की रीत, मैं ना करो इनकी प्रतीत। अज असी गुरु दा बख्शिया होया सुंदर जीवन विसार के विपरन की रीत वाल तुर पए हैं, इसे लई दुखी हाँ। सतगुरु रहमत करन अपने रोशनमई इतिहास तो सेध लैके सानू गुरु दे दर्शाए हुए सुचजे राह ते कदम पुटन दी जाच आ जावे। सतगुर सच्चे पातशाह पावन धरती नू भाग लांदिया होया आप जी डिंगा दे इलाके विच पुजे। इस अस्थान ते सतगुरां दी याद विच नानक सर बनिया होया है। जद आप जी इत्थे पुजे तां एक बंदे नू ढोल वजांदिया डिठा। सतगुरां ने पुछया ते ओ कहण लगा कि नेड़े ही एक जोगी रहिंदा है जिसने बिना कुछ खाद्या भुखे रह के चलिया कटिया है ते परसों उस दे 40 दिन पूरे हो जाने हैं। इस गल की सूचना देण लई ओ ढोल वजा रहा है। सतगुरु आखण लगे अजे 2 दिन बाकी हैं, ये सूचना 2 दिनों बाद दे देवी। ढोल वजाउण वाले ने गल मन लई ते चला गया। सतगुरु उस अस्थान ते जा बैठे जिथे जोगी चलिया पिया कटदा सी। जदों जोगी चलिए तो बाहर निकलिया तो स्वागत विच लोकी खड़े नजर ना आए, हैरान होया, कश खा के डिग पिया। सतगुरु श्री गुरु नानक देव जी ने उस समय मरदाना जी नूं भेजिया कि ढोल वाले नूं जा के आखे पिंड विच टंडोरा दे देवे कि जोगी दा चलिया पूरा हो गया है। लोग जद उत्थे आए वाह वाह कीती ते जोगी ने 40 दिन जो कुछ नहीं सी खादा वाह वाह सुन के उठ बैठा। महाराज सच्चे पातशाह भी भीड़ विच अगे होके आखण लगे ये झूठ बोलता है, इस नूं खुराक मिलदी रही है, ये 40 दिन खांदा रहा है। ते जोगी लोहा तत्ता हो गया, गुरु साहब की गल नूं चुटनाउण लगा। तो सच्चे पातशाह ने फरमाया इस दी खुराक हौमे है ते इस नूं हौमे दी खुराक मिलदी रही है। 40 दिन तक भुखा रहा पर हौमे दी खुराक छकदा रहा। जद इस डिठा कि कोई मनुख जां इस्त्री 40 दिनां बाद स्वागत लई मिलन नहीं आया ते बेहोश हो गया। जदों वाह वाह सुनी ते फेर उठ बैठा। हौमे नूं मारे बगैर जोग नहीं हो सका। सो बड़े ढंग नाल गुरु साहब अपनी गल नूं समझाउंदे सन। सतगुरां ने कदे भी किसी दी विचार नूं कटिया नहीं, पहलां उस दी विचार नूं सुनिया ते फेर गुरमत दे आशे अनुसार रब दी विचार नूं अपने ढंग नाल जगत दे सन्मुख परोसिया। सियाणे कहिंदे ने किसे दी वाही होई लकीर नूं कदे मिटाउण दी कोशिश ना करो। गुरु दे आशे अनुसार अपनी लकीर नूं वड्या करन दी कोशिश करो, दुनिया आपे प्रभावित हो जाएगी। पर असी तां अपनी होंद नूं जतलाउण दी खातर दूजे नूं मिटाउण दा यतन करते हैं।
ਜਦੋਂ ਤੱਕ ਅਸੀਂ ਖੁਦ ਹੀ ਨੂੰ ਮਿਟਾਉਣ ਦਾ ਯਤਨ ਨਹੀਂ ਕਰਾਂਗੇ, ਖੁਦਾ ਪ੍ਰਸਤ ਨਹੀਂ ਹੋ ਸਕਾਂਗੇ। ਇਸੇ ਲਈ ਅੱਜ ਦਾ ਧਾਰਮਿਕ ਮਨੁੱਖ ਧਰਮ ਦੇ ਮਾਰਗ 'ਤੇ ਤੁਰਦਿਆਂ ਤੁਰਦਿਆਂ ਖੁਦ ਪ੍ਰਸਤ ਹੋ ਗਿਆ, ਆਪਣੀ ਹਉਮੈ ਅਹੰਕਾਰ ਦੇ ਵਿੱਚ ਖੱਚਤ ਹੋ ਕੇ ਦੁਨੀਆ ਨੂੰ ਵੈਰੀ ਸਮਝ ਬੈਠਾ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮੀਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਜਿੱਥੇ ਜਾਏ ਬਈ